ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਉਮੀਦ ਕਰਦੇ ਸਾਰੇ ਵਧੀਆ ਹੋਣਗੇ। ਅਤੇ ਅੱਜ ਸਾਵਨ ਦਾ ਮਹੀਨਾ ਚੜ੍ਹਿਆ, ਸੰਗਰਾਂਦ ਹੈਗੀ ਹੈ, ਅਤੇ ਹੈਵੀ ਰੇਨ ਹੋ ਰਹੀ ਹੈ, ਮਜ਼ੇ ਆ ਰਹੇ ਰੇਨ ਦੇ। ਅਤੇ ਦਿਲ ਕੀਤਾ ਖੀਰ ਪੂੜੇ, ਸਾਵਨ 'ਚ ਜਿਹੜੇ ਕਿ ਬਹੁਤ ਫੇਮਸ ਹੁੰਦੇ ਨੇ ਖੀਰ ਪੂੜੇ, ਅਤੇ ਆਪਾਂ ਉਹ ਬਣਾ ਰਹੇ ਹਾਂ ਅੱਜ। ਖਾਣ ਨੂੰ ਦਿਲ ਕੀਤਾ ਅਤੇ ਮਾਤਾ ਸ਼੍ਰੀ ਨੂੰ ਕਿਹਾ ਬਣਾਓ, ਬਣਾ ਰਹੇ ਨੇ। ਕਿੰਨੀ ਪੈ ਰਹੀ ਹੈ, ਪੂਰੀ ਫੀਲਿੰਗ ਆ ਰਹੀ ਸਾਵਨ ਵਾਲੀ। ਮੌਨਸੂਨ, ਜਿਵੇਂ ਇੰਡੀਆ 'ਚ ਆਪਣੇ ਮੌਨਸੂਨ ਆਉਂਦੇ, ਵਧੀਆ ਲੱਗਦਾ। ਇੱਥੇ ਤਾਂ ਚੱਲਦਾ ਹੀ ਰਹਿੰਦਾ ਬਾਰਿਸ਼, ਵੈਸੇ ਅਲੱਗ ਸਿਸਟਮ ਹੈਗਾ, ਬਟ ਫੀਲਿੰਗ ਉਹੀ ਵਾਲੀ ਆ ਰਹੀ। ਕਾਫੀ ਹੈਵੀ ਰੇਨ ਹੋ ਰਹੀ ਹੈ ਸਵੇਰ ਦੀ, ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਪ੍ਰੈਪਰੇਸ਼ਨ ਜਿਹੜੀ ਹੋ ਰਹੀਆਂ ਨੇ ਖੀਰ। ਆਓ ਦੇਖੋ ਜੀ, ਖੀਰ ਬਣ ਰਹੀ ਹੈ। ਚੈੱਕ ਇਟਸ ਕਲਰ, ਕਲਰ ਦੇਖੋ, ਡਰਾਈ ਫਰੂਟ ਦੇਖੋ। ਅਤੇ ਆਪਾਂ ਬਣਾ ਰਹੇ ਇੰਸਟਾ ਪੋਟ ਦੇ ਵਿੱਚ, ਜਿਹੜੀ ਕਿ ਕਾਫੀ ਕਨਵੀਨੀਅੰਟ ਔਰ ਈਜ਼ੀ ਬਣਾਉਣੀ ਹੈਗੀ ਆ। ਅਦਰਵਾਈਜ਼ ਆਪਾਂ ਉਹੀ ਓਲਡ ਸਕੂਲ ਕੁਕਿੰਗ ਕਰਦੇ ਆ, ਜਿਹੜੇ ਕੁੱਕਰ ਦੇ ਵਿੱਚ, ਪ੍ਰੈਸ਼ਰ ਕੁੱਕਰ 'ਚ, ਉਹਦੇ ਨਾਲ ਬੈਟਰ ਆ ਇੰਸਟੈਂਟ ਪੋਟ। ਮੋਸਟਲੀ ਲੋਕਾਂ ਨੂੰ ਪਤਾ ਨਹੀਂ ਆ, ਪੀਪਲ ਨੂੰ ਪਤਾ ਨਹੀਂ ਗਾ ਕਿ ਕਿਵੇਂ ਬਣਾਈ ਦੀ ਹੈ। ਅਤੇ ਮੈਂ ਤੁਹਾਨੂੰ ਦਿਖਾਉਂਦਾ ਇਹਦੇ 'ਚ ਬਣਾਉਣੀ ਬੜੀ ਈਜ਼ੀ ਹੈ। ਮਤਲਬ ਸਿੰਪਲ ਤੁਸੀਂ ਕਰਨਾ ਕਿ ਜਿਵੇਂ ਚਾਵਲ ਜਿਹੜੇ ਹੈਗੇ ਆ, ਰਾਈਸ ਨੂੰ ਭਿਓ ਕੇ ਰੱਖਣਾ। ਕਿੰਨੀ ਦੇਰ ਭਿਓ ਕੇ ਰੱਖਿਆ ਜੀ? 10-15 ਦੋ ਘੰਟੇ ਭਿਓ ਕੇ ਰੱਖ ਦਿਓ ਉਹਨੂੰ ਇਹਦੇ 'ਚ। ਅਤੇ ਕਰਨਾ ਕੀ ਹੈ, ਜਸਟ ਦੁੱਧ ਲੈਣਾ, ਦੁੱਧ ਪਾਉਣਾ ਹੈਗਾ। ਦੁੱਧ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਜਿੰਨਾ ਕੁ ਦੁੱਧ ਪਾਉਣਾ ਹੈਗਾ। ਦੁੱਧ ਪਾ ਕੇ ਅਤੇ ਡਰਾਈ ਫਰੂਟ ਆਪਣੀ ਚੋਇਸ ਹੈਗੀ, ਜੇ ਤੁਸੀਂ ਪਾਉਣਾ ਕਿ ਨਹੀਂ ਪਾਉਣਾ, ਅਤੇ ਡਰਾਈ ਫਰੂਟ ਵਗੈਰਾ ਪਾ ਕੇ, ਦੁੱਧ ਪਾ ਕੇ, ਅਤੇ ਚੌਲ ਪਾ ਦੇਣੇ ਵਨ ਸ਼ੋਟ ਦੇ ਵਿੱਚ ਸਾਰਾ ਕੁਛ ਪਾ ਕੇ। ਤਾਂ ਸੈਟਿੰਗਸ ਜਿਹੜੀਆਂ ਹੈਗੀਆਂ ਬੜੀ ਈਜ਼ੀ ਆ। ਆ ਪੋਰੀ 'ਚ ਲਿਖਿਆ, ਪੋਰੀ 'ਚ, ਸੋ ਪੋਰੀ 'ਚ ਉੱਤੇ ਕਲਿੱਕ ਕਰਨਾ। ਪੋਰੀ 'ਚ 'ਤੇ ਕਲਿੱਕ ਕਰਕੇ ਟਾਈਮ ਜਿਹੜਾ ਇਹਦਾ ਡੀਫਾਲਟ ਟਾਈਮ ਹੈਗਾ, ਆਈ ਥਿੰਕ 12 ਮਿੰਟ ਦਾ ਆਉਂਦਾ ਹੈਗਾ। ਤੁਸੀਂ ਘਟਾ ਵੀ ਸਕਦੇ ਹੋ, ਕਿਉਂਕਿ ਸਮਟਾਈਮਸ ਕੀ ਹੈ ਕਿ ਜ਼ਿਆਦਾ ਟਾਈਮ 12 ਮਿੰਟ ਜ਼ਿਆਦਾ ਹੁੰਦੇ ਨੇ, ਉਹਦੇ ਹਿਸਾਬ ਨਾਲ ਤਾਂ ਥੋੜ੍ਹੀ ਜਿਹੀ ਥੱਲੇ ਵੀ ਲੱਗ ਜਾਂਦੀ। ਸੋ ਤੁਸੀਂ ਘਟਾ ਕੇ, ਜਿਵੇਂ ਮੈਂ ਇੰਨੀ ਕੁ ਕੁਆਂਟਿਟੀ ਬਣਾਈ ਹੈ, ਮਤਲਬ ਕਿ ਆਲਮੋਸਟ 1.5 ਕੁ ਪੈਕਟ ਦੁੱਧ ਦਾ ਪਾਇਆ, ਅਤੇ ਮੈਂ ਡਿਫੋਲਟ 12 ਸੀਗਾ, ਅਤੇ ਮੈਂ 10 ਮਿੰਟ ਲਾ ਕੇ ਬਾਕੀ ਇਹਨੂੰ ਓਪਨ 'ਚ ਬਣਾ ਲਿਆ। ਤਾਂ ਸਟਿਲ ਬਣ ਰਹੀ ਹੈ, ਬਟ ਇਟ ਲੁਕਸ ਡਿਲੀਸ਼ੀਅਸ, ਸੋ ਪ੍ਰੋਪਰ ਬਣ ਗਈ। ਅਤੇ ਇਹ ਈਜ਼ੀ ਹੈਗਾ, ਬਸ ਤੁਸੀਂ ਉਹ ਲਾ ਦੇਣਾ, ਅਤੇ ਲਾ ਕੇ ਇਹਨੂੰ ਕਵਰ ਨੂੰ, ਆ ਕਵਰ ਲਾ ਕੇ, ਅਤੇ ਜਸਟ ਤੁਸੀਂ ਬੰਦ ਕਰਕੇ ਸੀਲ 'ਤੇ ਕਰ ਦੇਣਾ, ਅਤੇ ਆਪਣੇ ਆਪ 10 ਮਿੰਟ ਬਾਅਦ ਇਹਨੇ ਬੰਦ ਹੋ ਜਾਣਾ। ਸੋ ਬਾਕੀ ਤੁਸੀਂ ਓਪਨ 'ਚ ਦੇਖ ਸਕਦੇ ਹੋ ਕਿੰਨੀ ਕੁ ਲੋੜ ਹੈਗੀ ਕੁਕਿੰਗ ਦੀ। ਓਪਨ 'ਚ ਕੁੱਕ ਕਰ ਸਕਦੇ ਹੋ ਸੋਟੇ 'ਤੇ ਲਾ ਕੇ, ਇਟਸ ਈਜ਼ੀ। ਤੁਹਾਨੂੰ ਬਾਹਰ ਦਾ ਦਿਖਾਈਏ, ਅਸੀਂ ਕੰਮ ਕੀਤਾ ਹੁਣੇ ਰੀਸੈਂਟਲੀ, ਹਾਲੇ ਚੱਲ ਰਿਹਾ ਅੰਡਰ ਪ੍ਰੋਸੈਸ। ਸਾਰੀ ਫੈਂਸ ਐਂਡ ਡੈਕ ਪੇਂਟਿੰਗ ਕੀਤੀ ਹੈ, ਦੇਖੋ ਹਾਲੇ ਸਟਿਲ ਹੈਗਾ ਕੰਮ, ਬਟ 90% ਹੋ ਚੁੱਕਾ ਕੰਮ। ਹਾਲੇ ਸਾਰਾ ਸਮਾਨ ਇੱਧਰ ਉੱਧਰ ਹੀ ਹੈ, ਕਿਉਂਕਿ ਆਹ ਜਸਟ ਰੀਸੈਂਟਲੀ ਕੀਤਾ ਹੈਗਾ ਕੱਲ੍ਹ ਹੀ, ਅਤੇ ਵਿੱਚ ਬਾਰਿਸ਼ ਆ ਜਾਂਦੀ, ਸਟੋਪ ਕਰਨਾ ਪੈਂਦਾ ਕੰਮ। ਕਮੈਂਟਸ, ਹਾਓ ਇਟ ਲੁਕਸ, ਯੂ ਕੈਨ ਆਸਕ ਕਿੱਦਾਂ ਕੀਤਾ, ਕੀ ਮਟੀਰੀਅਲ ਯੂਜ਼ ਕੀਤਾ, ਕਿੰਨਾ ਮਟੀਰੀਅਲ ਯੂਜ਼ ਕੀਤਾ। ਸੋ ਟਾਈਮ ਕਾਫੀ ਲੱਗਦਾ ਚੀਜ਼ ਕਰਨ ਨੂੰ, ਕਿਉਂਕਿ ਕਈ ਲੋਕ ਯੂਜ਼ ਕਰ ਲੈਂਦੇ ਨੇ ਸਪਰੇ ਗਨ, ਬਟ ਸਪਰੇ ਗਨ ਜਿਹੜੀ ਆ ਉੱਪਰੋ ਉੱਪਰੋ ਕਰ ਦਿੰਦੀ ਆ, ਇਟਸ ਜਸਟ ਅ ਥਿਨ ਲੇਅਰ, ਉਹ ਗੱਲ ਨਹੀਂ ਬਣਦੀ। ਪ੍ਰੋਪਰਲੀ ਕੀਤਾ ਵਿਦ ਪੇਂਟ ਬ੍ਰੱਸ਼। ਸੋ ਦੱਸੋ, ਫੀਡਬੈਕ ਦਿਓ ਕਿੱਦਾਂ ਦਾ ਲੱਗ ਰਿਹਾ। ਆਹ ਦੇਖੋ ਜੀ, ਹੁਣ ਫਾਈਨਲੀ ਡਨ ਹੋ ਗਈ। ਆਹ ਦੇਖੋ ਜੀ, ਬਣ ਗਈ ਫਾਈਨਲੀ। ਦੱਸੋ ਕਿੰਨੇ ਕਿੰਨੇ ਖਾਣੀ, ਆ ਜਾਓ ਜਿੰਨੇ ਜਿੰਨੇ ਖਾਣੀ। ਲਓ ਜੀ, ਬਣ ਗਈ ਗੱਲ, ਲੁਕਸ ਗੁੱਡ। ਖੀਰ ਪੂੜਾ ਰੈਸਿਪੀ, ਦੇਖੋ ਜੀ ਟੇਸਟਿੰਗ ਕਰੀਏ, ਖੀਰ ਪੂੜਾ ਟੇਸਟਿੰਗ। ਯਮੀ, ਬਹੁਤ ਟੇਸਟੀ, ਮਜ਼ਾ ਆ ਗਿਆ। ਜੋ ਬੂੜਾ, ਮਿੱਠਾ ਬੂੜਾ, ਸ਼ੱਕਰ ਵਾਲਾ, ਨਮਕੀਨ ਵੀ ਬਣ ਰਿਹਾ, ਮਿੱਠਾ ਵੀ, ਮਜ਼ਾ ਆ ਜਾਂਦਾ ਕੰਬੀਨੇਸ਼ਨ ਨਮਕੀਨ ਐਂਡ ਮਿੱਠੇ, ਬਹੁਤ ਮਜ਼ਾ ਆ ਜਾਂਦਾ ਨਮਕੀਨ 'ਤੇ। ਨਮਕੀਨ ਬਣਦਾ, ਫਿਰ
दोनों मिक्स करके खाओ तो बहुत मज़ा आता है।